ਸਤਿ ਜੀ ਰਿਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਮਈ ਮਹੀਨੇ ਦੇ ਪਹਿਲੇ ਦਿਨਾਂ ਦੀ 1 2 ਤੇ 3 ਮਈ ਕਿ ਇਹਨਾਂ ਦਿਨਾਂ ਵਿੱਚ ਜਿਹੜਾ ਸਿਸਟਮ ਪਹੁੰਚ ਰਿਹਾ ਉਸ ਦੇ ਸਬੰਧਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਹਾਜ਼ਰਾਂ ਕਿ ਅੱਜ ਦੀ ਤਰੀਕ ਦੇ ਵਿੱਚ ਕੀ ਅਪਡੇਟ ਆਈ ਹੈ ਤੇ ਹਲੇ ਦਿਨ ਵੀ 3-4 ਬਾਕੀ ਨੇ ਅਗਲੇ ਦਿਨਾਂ ਵਿੱਚ ਜਿਵੇਂ ਵੀ ਨਵੀਂ ਅਪਡੇਟ ਮਿਲਦੀ ਰਹੇਗੀ ਉਸ ਸਮੇਂ-ਸਮੇਂ ਤੇ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਪਹਿਲਾਂ ਹੁਣ ਗੱਲ ਕਰੀਏ ਆਪਾਂ ਇੱਕ ਤਰੀਕ ਦੀ ਤਾਂ 1 ਮਈ ਤੋਂ ਪੰਜਾਬ ਦਾ ਮੌਸਮ ਫਿਰ ਬੱਦਲਵਾਈ ਵਾਲਾ ਹੀ ਦੇਖਣ ਨੂੰ ਮਿਲੂਗਾ ਜਿਵੇਂ ਕਿ ਦੇਖਿਆ ਕਿ ਅਪ੍ਰੈਲ ਦੇ ਆਖਰੀ ਦਿਨਾਂ ਦੇ ਵਿੱਚ ਵੀ ਬੱਦਲਵਾਈ ਰਹੀ ਹੈ ਕਿਣਮਣ ਦਾ ਮਾਹੌਲ ਵੀ ਕੁਝ ਹਿੱਸਿਆਂ ਵਿੱਚ ਰਿਹਾ ਹੈ ਹਵਾਵਾਂ ਵੀ ਪੂਰਬ ਦੇ ਦਿਸ਼ਾ ਤੋਂ ਚੱਲੀਆਂ ਨੇ ਜੋ ਜਿਹੜਾ ਖੁਸ਼ਕ ਮੌਸਮਾ ਉਸ ਨੂੰ ਥੋੜੀ ਜਿਹੀ ਪਿਛਲੇ ਦਿਨਾਂ ਵਿੱਚ ਆ ਕੇ ਠੱਲ ਪਈਆ ਗਰਮੀ ਤੋਂ ਥੋੜੀ ਜਿਹੀ ਰਾਹਤ ਟੈਂਪਰੇਚਰ ਘਟਣ ਦੇ ਕਰਕੇ ਮਿਲੀ ਹੈ ਤੇ ਮਈ ਮਹੀਨੇ ਦੇ 1 ਤਰੀਕ ਤੋਂ ਵੀ ਬੱਦਲਵਾਈ ਦਾ ਮਾਹੌਲ ਦੇਖਣ ਨੂੰ ਮਿਲੂਗਾ ਹਾਲਾਂਕਿ ਮੀਂਹ ਦੇ ਅਸਰ ਘੱਟ ਹੋਣਗੇ ਹਵਾਵਾਂ ਬਦਲਮੀ ਦਿਸ਼ਾ ਤੇ ਉੱਤਰ ਪੂਰਬ ਤੇ ਕੁਝ ਦੱਖਣ ਦਿਸ਼ਾ ਤੋਂ ਹੀ ਵਗਣਗੀਆਂ ਪੱਛਮੀ ਹਵਾਵਾਂ ਦੀ ਵਾਪਸੀ ਹਾਲੇ ਜੇ ਬਾਜੀ ਵਾਪਸੀ ਹੁੰਦੀ ਉਹ ਦੀ ਨਹੀਂ ਜਾਪ ਰਹੀ ਹੈ ਸੋ ਜਿੱਦੇ ਚੱਲਦੇ ਇੱਕ ਤਰੀਕ ਨੂੰ ਹਲਕੀਆਂ ਫੁਲਕੀਆਂ ਕਣੀਆਂ ਜਾਂ ਕੁਝ ਹਸ ਹਸ ਇਲਾਕਿਆਂ ਵਿੱਚ ਹਲਕੇ ਪੁਲਕੇ ਛਰਾਟੇ ਪੈ ਸਕਦੇ ਨੇ ਦੁਪਹਿਰ ਤੋਂ ਬਾਅਦ ਸ਼ਾਮ ਜਾਂ ਰਾਤ ਦੇ ਆਸ-ਪਾਸ ਤੇ ਉਸ ਤੋਂ ਬਾਅਦ 2 ਮਈ ਤੋਂ ਮੌਸਮ ਥੋੜਾ ਜਿਹਾ ਹੋਰ ਜ਼ਿਆਦਾ ਬਦਲੇਗਾ ਮੀਂਹ ਦੇ ਹਾਲਾਤ ਥੋੜੇ ਜਿਹਾ ਬਦਲਣਗੇ 2 ਤਰੀਕ ਮੌਸਮ ਲਗਭਗ ਅੱਜ ਦੁਪਹਿਰ ਦੇ ਆਸ-ਪਾਸ ਤੋਂ ਫਿਰ ਇੱਕ ਤਕੜੀ ਕਰਵਟ ਲੈ ਸਕਦਾ ਹੈ ਪੱਛਮੀ ਪਾਸਿਓਂ ਕੁਝ ਤਕੜੇ ਸਿਸਟਮ ਨੇੜੇ ਉਹ ਪਹੁੰਚਣ ਦੇ ਆਸਾਰ ਨੇ ਜਿਹੜੇ ਪੰਜਾਬ ਦਾ ਗੱਲ ਕਰੀਏ ਆਪਾਂ ਵੀ ਪੱਛਮ ਤੋਂ ਲੈ ਕੇ ਜਿਹੜਾ ਦੱਖਣੀ ਹਿੱਸਾ ਹੈ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਹ ਪੱਛਮ ਤੋਂ ਪੂਰਬ ਦਿਸ਼ਾ ਨੂੰ ਜਾਂਦੇ ਹੋਏ ਬੱਦਲਾਂ ਦੇ ਚੱਲਦੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਨੇਰੀ ਗਰਜ ਚਮਕ ਤੇਜ਼ ਸ਼ਰਾਟੇਦਾਰ ਮੀਂਹ ਪੈ ਸਕਦਾ ਹੈ ਕੁਝ 1-2 ਘੰਟੇ ਦੇ ਵਿੱਚ ਮੌਸਮ ਬਦਲ ਸਕਦਾ ਹੈ ਤੇ ਨਾਲ ਗੜੇਮਾਰੀ ਹੋਣ ਦੇ ਵੀ ਜਿਹੜੇ ਆਸਾਰ ਨੇ ਉਹ ਲਗਭਗ 2 ਅਤੇ 3 ਮਈ ਨੂੰ ਵੜੇ ਹੋਏ ਨੇ ਸੋ 2 ਅਤੇ 3 ਵਜੇ ਇਹਨਾਂ ਦੋ ਦਿਨਾਂ ਦੌਰਾਨ ਪੰਜਾਬ ਦੇ ਲਗਭਗ ਮੀਨ ਅੰਡਰ ਜਿਹੜੇ ਚਾਂਸ ਬੰਦ ਰਹੇ ਨੇ 50 ਤੋਂ ਲੈ ਕੇ 70% ਇਲਾਕੇ ਮੀਨ ਅੰਡਰ ਕਵਰ ਆ ਸਕਦੇ ਨੇ ਜਿਨ੍ਹਾਂ ਵਿੱਚ ਮੀਂਹ ਹਲਕੇ ਤੋਂ ਦਰਮਿਆਨਾ ਤੇ ਕੁਝ ਹਿੱਸਿਆਂ ਵਿੱਚ ਮੀਂਹ ਭਾਰੀ ਵੀ ਹੋ ਸਕਦਾ ਹੈ। ਖਾਸ ਤੌਰ ਤੇ ਜਿਹੜਾ ਪੰਜਾਬ ਦਾ ਪੱਛਮੀ ਖੇਤਰ ਹੈ ਜਿਹਦੇ ਵਿੱਚ ਆਪਾਂ ਮਾਝੇ ਦੀ ਗੱਲ ਕਰੀਏ ਨਾਲ ਲੱਗਦਾ ਕੁਝ ਦੁਆਬੇ ਦਾ ਭਾਗ ਸੋ ਇਹਨਾਂ ਭਾਗਾਂ ਦੇ ਵਿੱਚ ਹੋ ਸਕਦਾ ਹੈ ਕਿ ਦਰਮਿਆਨੇ ਤੋਂ ਭਾਰੇ ਮੀਂਹ ਦੇ ਸਪੈਲ ਵੀ ਲੱਗ ਸਕਦੇ ਨੇ ਸ਼ਾਮ ਜਾਂ ਰਾਤ ਦੇ ਆਸ-ਪਾਸ ਹਨੇਰੀ ਦੇ ਨਾਲ। ਤੇ ਉੱਥੇ ਹੀ ਜਿਹੜਾ ਦੱਖਣ ਪੱਛਮੀ ਮਾਲਵਾ ਖੇਤਰ ਹੈ ਜਿਵੇਂ ਫਾਜ਼ਿਲਕਾ ਤੋਂ ਮੁਕਸਰ ਬਠਿੰਡਾ ਮਾਨਸਾ ਹੋ ਗਿਆ ਸੰਗਰੂਰ ਬਰਨਾਲਾ ਫਰੀਦਕੋਟ ਮੋਗਾ ਜ਼ਿਲ੍ਹਾ ਕੁਝ ਭਾਗ ਫਿਰੋਜ਼ਪੁਰ ਦੇ ਸੋ ਇਹਨਾਂ ਪਾਗਾਂ ਦੇ ਵਿੱਚ ਵੀ 2-3 ਮਈ ਦੇ ਦੌਰਾਨ ਹਨੇਰੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਤੇ ਕੋਈ ਭਾਗਾਂ ਦੇ ਵਿੱਚ ਥੋੜੀ ਬਹੁਤ ਗੜੇ ਮਾਰੀ ਨਾਲ ਸ਼ਰਾਟੇਦਾਰ ਤੇਜ਼ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਬਿਨਾ ਬਾਕੀ ਹਲਚਲਣਾ ਲਗਭਗ ਪੰਜਾਬ ਦੇ ਜ਼ਿਆਤਰ ਹਿੱਸਿਆਂ ਵਿੱਚ ਵੀ ਦੇਖਣ ਨੂੰ ਮਿਲਣਗੀਆਂ ਜੋ ਰਹਿੰਦੇ ਭਾਗ ਲੁਧਿਆਣਾ ਹੋ ਗਿਆ ਫਤੇਗੜ ਸਾਹਿਬ ਪਟਿਆਲਾ ਐਸਐਸ ਨਗਰ ਐਸਬੀਐਸ ਨਗਰ ਹੋ ਗਿਆ ਨਵਾਂ ਸ਼ਹਿਰ ਦੇ ਇਲਾਕੇ ਹੋਗੇ ਸੋ ਇਹ ਸਾਰੇ ਜਿਹੜੇ ਉੱਤਰ ਪੂਰਬੀ ਭਾਗ ਨੇ ਇਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕੁੱਲ ਮਿਲਾ ਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਮੀਂਹ ਦੇ ਹਾਲਾਤ ਹੋਣਗੇ ਪਰ ਜ਼ਿਲ੍ਹਿਆਂ ਦੇ ਕੁਝ ਥੋੜੇ ਬਹੁਤ ਭਾਗ ਅਜੇ ਵੀ ਰਹਿ ਸਕਦੇ ਨੇ ਜਿਨ੍ਹਾਂ ਵਿੱਚ ਮੀਂਹ ਹਲਕਾ-ਪੁਲਕਾ ਪਵੇ ਜਾਂ ਫਿਰ ਕੁਝ ਬੱਦਲਬਾਈ ਤੱਕ ਹੀ ਸੀਮਤ ਰਹੇ ਕੁਝ 20 30% ਇਲਾਕੇ ਹੋਣਗੇ ਪੰਜਾਬ ਦੇ ਜਿਹੜੇ ਮੀਂਹ ਤੋਂ ਥੋੜੇ ਜਿਹੇ ਰਹਿਤ ਰਹਿਣਗੇ ਜਾਂ ਜਿਨ੍ਹਾਂ ਵਿੱਚ ਮੀਂਹ ਬਹੁਤ ਜ਼ਿਆਦਾ ਘੱਟ ਹਲਕਾ ਫੁਲਕਾ ਕਿਣਮਣ ਨਹੀਂ ਰਹੇਗਾ। ਸੋ ਬਾਕੀ ਅਗਲੇ ਦਿਨਾਂ ਦੇ ਵਿੱਚ ਇਹ ਸਿਸਟਮ ਦੇ ਵਿੱਚ ਕੀ ਤਬਦੀਲੀਆਂ ਹੁੰਦੀਆਂ ਨੇ ਮੀਂਹ ਦੇ ਹਾਲਾਤ ਵਧਦੇ ਨੇ ਜਾਂ ਘਟਦੇ ਨੇ ਜਿਵੇਂ ਵੀ ਅਗਲੀ ਅਪਡੇਟ ਮਿਲਦੀ ਆ ਉਹ ਆਪਾਂ ਸਮੇਂ-ਸਮੇਂ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿਉਂਕਿ ਮੌਸਮ ਲਗਾਤਾਰ ਰੋਜ਼ ਦੀ ਰੋਜ਼ ਨਵੀਂ ਅਪਡੇਟ ਆਉਂਦੀ ਰਹਿੰਦੀ ਆ ਮੀਂਹ ਦੇ ਹਾਲਾਤ ਜਾਂ ਮੌਸਮ ਦੇ ਵਿੱਚ ਜੋ ਵੀ ਬਦਲਾਅ ਨੇ ਉਹ ਫਿਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਸੋ ਉਦੋਂ ਤੱਕ ਲਈ ਇਜਾਜ਼ਤ ਦਿ